स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज वीडियो तुहानू दिखाउणी है पिंड बामण वाला, ये कोटकपुरे दे बिलकुल नाल है। कोटकपुरे तो सारा दोस्तों 2 किलोमीटर 1.5 किलोमीटर की बिथी ते पिंड है, नेड़े दे ढाब रह जांदी है। सो इस पिंड दे विच ये गां जिहड़ी है दोस्तों देसी नसल है, साहीवाल नसल है, ते थोड़ी जी क्रॉस लगती है क्योंकि रंग जिहड़ा थोड़ा जिहा कालों वाला है, मूँह मत्था जिहड़ा इहदा दोस्तों दसदा वी इह साहीवाल ब्रीड च पैंदी है। ताजी हजे थोड़ा टाइम पहलां दी सूई तुसीं देख सकते हो, बच्चा ये वकाऊ बाई ने कीती है। डिटेल इहदे बारे पुछदे हां, वीडियो एंड तक देखो। एक जिहड़े नवें वीर चैनल उत्ते वीडियो देख रहे हैं उन्हां नूं जरूर बेनती करूंगा वी चैनल नूं सबसक्राइब कर लो ते नाल बैल आईकॉन प्रेस कर दो जे, ताकि जिहड़ी मैं नवीं वीडियो अपलोड करा उहदा नोटिफिकेशन तुहानूं मिल सके। आओ बाई नाल गल्लबात करते हां। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਨਾਮ ਦੱਸੋ ਜੀ ਆਪਣਾ। ਜੋਗਿੰਦਰ ਸ਼ਰਮਾ ਜੀ। ਜੋਗਿੰਦਰ ਸ਼ਰਮਾ। ਅੱਛਾ ਬਾਈ, ਇਹ ਜਿਹੜੀ ਗਾਂ ਆਪਾਂ ਵੇਚਣੀ ਹੈ ਕਿੰਨਵਾਂ ਸੂਆ ਸੂਈ? ਇਹ ਦੂਜੇ ਸੂਏ। ਠੀਕ ਹੈ, ਪਹਿਲੇ ਸੂਏ ਦਾ ਦੁੱਧ ਕਿੰਨਾ ਕੁ ਸੀਗਾ? ਇਹਦਾ 14 ਕਿਲੋ ਸੀ। 14 ਕਿਲੋ ਸੀ। ਇਹ ਹੁਣੇ ਸੂਈ ਹੈ ਜੀ, ਹਨਾ? ਹਾਂਜੀ, ਜੇਰ ਹਜੇ ਪੈਣ ਵਾਲੀ ਹੈ। ਠੀਕ ਹੈ, ਬੱਚਾ ਵੱਛਾ? ਹਾਂ ਵੱਛਾ ਜੀ। ਠੀਕ ਹੈ। ਅੱਛਾ, ਇਹਦਾ ਰੇਟ ਕੀ ਕੀਤਾ ਆਪਾਂ? ਇਹਦਾ ਰੇਟ 47,000 ਹੈ। 47,000। ਠੀਕ ਹੈ ਦੋਸਤੋ, ਦੇਸੀ ਗਾਂਆਂ ਦੀ ਮੰਗ ਕਾਫੀ ਹੈ। ਸੋ ਜਿਹੜੇ ਵੀਰ ਨੂੰ ਪਸੰਦ ਆਵੇ ਥਣ ਹਵਾਨਾ ਜ਼ਰੂਰ ਦਿਖਾ ਦਿੰਦਾ, ਕਿਉਂਕਿ ਹਜੇ ਹੁਣੇ ਹੀ ਸੂਈ ਹੈ, ਥੋੜ੍ਹਾ ਟਾਈਮ ਪਹਿਲਾਂ ਹੀ ਸੂਈ ਹੈ, ਜੇਰ ਹਜੇ ਪੈਣੀ ਹੈ। ਸੋ ਇਹ ਗਾਂ ਤੁਹਾਨੂੰ ਥੋੜ੍ਹੀ ਤੋਰ ਕੇ ਵੀ ਦਿਖਾ ਦਿੰਦੇ। ਖੋਲੋ ਬਾਈ, ਵੈਸੇ ਠੰਡੀ ਸੀਲ ਹੈ, ਚਵਾਈ ਚਵਾਈ ਹੱਥ ਲਾਈ ਜਾਓ ਜਿਵੇਂ ਮਰਜ਼ੀ। ਠੀਕ ਹੈ, ਖੋਲੋ ਮੜੇ ਦੋਸਤੋ, ਤੋਰ ਕੇ ਤੁਹਾਨੂੰ ਦਿਖਾਉਣੇ ਆ। ਛੋਟੀ ਉਮਰ ਦੀ ਲੱਗਦੀ ਹੈ ਦੇਖਣ ਚ, ਦੂਜਾ ਸੂਆ ਸੂਈ ਹੈ, ਛੋਟੇ ਕੱਦ ਕਾਠ ਦੀ ਹੈ। ਹਵਾਨਾ ਬਹੁਤ ਤਕੜਾ ਤਿਆਰ ਕੀਤਾ ਵੈਣ ਨੇ, ਦੇਖ ਸਕਦੇ ਹੋ ਤੁਸੀਂ। ਬਾਕੀ ਜਗ੍ਹਾ ਇੱਥੇ ਬਾਈ ਕੋਲ ਥੋੜੀ ਜਿਹੀ ਤੰਗ ਹੈ, ਹਵਾਨਾ ਅੱਗੇ ਨੂੰ ਦੋਸਤੋ ਇਹਦਾ ਥੋੜਾ ਜਿਹਾ ਵੱਧ ਹੈ, ਪਰ ਊ ਹਵਾਨਾ ਜਿਹੜਾ ਉਹ ਵੱਡਾ ਹੈ, ਭਾਰਾ ਹਵਾਨਾ। 14 ਕਿਲੋ ਦੁੱਧ ਪਹਿਲੇ ਸੂਏ ਬਾਈ ਦੱਸਦਾ ਵੀ ਇਹਨੇ ਦਿੱਤਾ, ਬਾ ਕਮਾਲਾ ਬਈ ਲਿਆ। ਉਮੀਦ ਆ ਵੀ ਐਤਕੀ ਵੀ ਦੋਸਤੋ ਇਹ 14-15 ਕਿਲੋ ਦੁੱਧ ਕਰ ਜੂਗੀ। 47,000 ਡਿਮਾਂਡ ਹੈ। ਪਸੰਦ ਜਿਹੜੇ ਵੀਰ ਨੂੰ ਆਵੇ ਉਹ ਇਹਨਾਂ ਨੂੰ ਕਾਲ ਕਰ ਸਕਦਾ, ਨੰਬਰ ਸਕਰੀਨ 'ਤੇ ਲੱਗਾ। ਸੋ ਇਹ ਗਾਂ ਵਿਕਾਊ ਹੈ, ਥੋੜੀ ਜਿਹੀ ਜਗ੍ਹਾ ਤੰਗ ਆ, ਨਹੀਂ ਤੁਹਾਨੂੰ ਇਹ ਜ਼ਿਆਦਾ ਤੋਰ ਕੇ ਦਿਖਾਉਣੀ ਸੀ। ਹਵਾਨਾ ਫਿਰ ਵੀ ਤੁਸੀਂ ਇੱਥੋਂ ਜੱਜਮੈਂਟ ਕਰ ਲਓ, ਹਵਾਨਾ ਵੱਡਾ ਹੈ, ਅੱਗੇ ਨੂੰ ਹਵਾਨੇ ਦਾ ਝੁਕਾਅ ਜ਼ਿਆਦਾ, ਜਿਵੇਂ ਸਾਹੀਵਾਲ ਗਾਂਆਂ ਦਾ ਆਮ ਤੌਰ 'ਤੇ ਹੁੰਦਾ, ਤੁਸੀਂ ਇੱਥੋਂ ਦੇਖ ਸਕਦੇ ਹੋ ਪੂਰਾ ਫਸਿਆ ਪਿਆ ਹਵਾਨਾ। ਹਜੇ ਚੋਣੀ ਬਾਕੀ, ਇਹਦੇ 'ਚੋਂ ਦੁੱਧ ਕੱਢਿਆ ਨਹੀਂ ਕੁਛ ਵੀ, ਕਿਉਂਕਿ ਹਜੇ ਹੁਣ ਹੀ ਸੂ ਕੇ ਹਟੀ ਹੈ, ਥੋੜ੍ਹਾ ਟਾਈਮ ਪਹਿਲਾਂ ਹੀ। ਉਸੇ ਹਿਸਾਬ 'ਤੇ ਦੀ ਵੀਡੀਓ ਜਿਹੜੀ ਉਸੇ ਤਰੀਕੇ ਨਾਲ ਬਣਾ ਰਹੇ ਹਾਂ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ। ਗਾਂ ਜਿਹੜੇ ਵੀਰ ਨੂੰ ਪਸੰਦ ਆਵੇ, ਦੇਸੀ ਨਸਲ ਹੈ, ਸਾਹੀਵਾਲ ਦੇ ਟੀਕੇ ਭਰਾਓ, ਤੇ ਚੰਗੇ ਬੱਚੇ ਤੁਸੀਂ ਸਾਹੀਵਾਲ ਨਸਲ ਚ ਇਹਤੋਂ ਲੈ ਸਕਦੇ ਹੋ। ਪਸੰਦ ਤੁਸੀਂ ਕਰਨੀ ਹੈ, ਆ ਕੇ ਤਸੱਲੀ ਤੁਸੀਂ ਕਰਨੀ ਹੈ। ਮੇਰਾ ਕੰਮ ਸੀਗਾ ਤੁਹਾਨੂੰ ਵੀਡੀਓ ਚ ਪਸ਼ੂ ਦਿਖਾਉਣ ਦਾ, ਤੁਹਾਨੂੰ ਦਿਖਾਤਾ। ਧੰਨਵਾਦ ਦੋਸਤੋ ਜੁੜੇ ਰਹਿਣ ਲਈ।